ਬੱਕਰੀਆਂ ਦਾ ਕਿੰਨਾ ਕੁ ਵਪਾਰ ਹੈਗਾ? ਵੀ ਬੱਕਰੀਆਂ ਦਾ ਆਪਾਂ ਲੈ ਲੈਂਦੇ ਹਾਂ, ਵੇਚ ਦਿੰਦੇ ਹਾਂ, ਚੱਲੀ ਜਾਂਦਾ ਕੰਮ। ਘਰੇ ਰੱਖੀਆਂ 30-35 ਬੱਕਰੀ। ਇਹ ਬੱਕਰੀਆਂ ਦਾ ਵਪਾਰ ਆ ਬਾਪੂ ਜੀ, ਕਦੋਂ ਕਦੋਂ ਕਰਦੇ ਹੋ? ਪਹਿਲਾਂ ਤੀ ਕਰਦੇ? ਇਹ ਤਾਂ ਜੀ ਮੈਂ ਦਾ 70 ਸਾਲ ਤੋਂ ਟੱਪ ਗਿਆ, 4 ਸਾਲ 70 ਦੇ ਹੋ ਗਏ। ਹਾਂਜੀ, ਇਸੇ ਕੰਮ 'ਚ। ਤੂੰ ਅੰਦਾਜ਼ਾ ਹੈਗਾ ਕਿਲੋ ਕਿਲੋ ਦੁੱਧ ਦੋਵਾਂ ਟਾਈਮਾਂ ਦਾ? ਦੋਵਾਂ ਦਾ ਵੱਧਦਾ ਹੈ, 5 ਕਿਲੋ ਦੀ ਮਾਲਕਣੀ ਹੈ ਇਹ। ਹਾਂਜੀ, ਵੱਧਦਾ ਘੱਟਦਾ ਰਹਿੰਦਾ ਹੋਊਗਾ ਦੁੱਧ ਤਾਂ? ਆਉਂ ਤੱਕ ਤਾਂ ਕਿਲੋ ਵੱਧ ਵੀ ਗਿਆ, ਕਿਤੇ ਘੱਟ ਵੀ ਗਿਆ। ਜੇ 2 ਦਿਨ ਚੰਗੀ ਚਰਾਈ ਹੋ ਗਈ ਉਹਦੇ ਵੱਧ ਵੀ ਜਾਂਦੀਆਂ ਨੇ, 2 ਦਿਨ ਮੰਦਾ ਪੈ ਗਿਆ ਤਾਂ 2 ਦਿਨ ਘੱਟ ਵੀ ਜਾਂਦੀਆਂ ਨੇ। ਜਿਹੜੇ ਸੈੱਲ ਘੱਟ ਜਾਂਦੇ ਨੇ ਉਦੋਂ ਕਿੰਨੇ ਕੁ ਲੋਕ ਆਉਂਦੇ ਨੇ ਫਿਰ ਤੁਹਾਡੇ ਕੋਲੇ? ਬਥੇਰੇ, ਉਹ ਤਾਂ ਵਾਰੀ ਨਹੀਂ ਆਉਂਦੀ। ਅੱਛਾ, ਕਿਹੜੇ ਮਹੀਨੇ 'ਚ ਘੱਟਦੇ ਨੇ ਸੈੱਲ ਜ਼ਿਆਦਾ? ਇਹ ਤਾਂ ਕੋਈ ਪਤਾ ਨਹੀਂ ਲੱਗਦਾ। ਅੱਛਾ, ਹੁਣ ਵੀ ਘੱਟ ਜਾਂਦੇ ਸ਼ਹਿਰ 'ਚ ਵੀ? ਫਿਰ ਕਿੰਨੇ ਰੁਪਏ ਲੀਟਰ ਵੇਚਦਾ ਉਹ? ਤਾਂ ਜੀ ਜੇ ਤਾਂ ਪਿੰਡ ਦਾ ਬੰਦਾ ਹੋਇਆ ਉਹਨੂੰ ਤਾਂ ਮੁਫ਼ਤ ਵੀ ਦੇਣਾ ਪੈ ਜਾਂਦਾ ਲਿਆ ਜਾਣੇ ਨੂੰ। ਠੀਕ ਹੈ, ਨਹੀਂ ਨਹੀਂ 100 ਰੁਪਏ ਲੀਟਰ ਤਾਂ ਦੇ ਹੀ ਦਿੰਦੇ ਆ ਆਰਾਮ। ਚਲੋ ਭਾਈ, ਬੜਾ ਧੱਕਾ ਵੀ ਹੈ, ਬੜਾ ਡਾਕਟਰ ਵੀ ਲੈ ਲੈਂਦੇ ਨੇ ਬਾਪੂ 100 ਰੁਪਇਆ ਇਹਦਾ ਦੇ ਦੇਣਗੇ ਤਾਂ ਬੜਾ ਆਪਾਂ ਧੱਕਾ ਕਰ। ਹਾਂ, ਇਹ ਵੀ ਗੱਲ ਹੈਗੀ ਆ, ਲੈ 100 ਰੁਪਏ ਲੀਟਰ ਇਹਦਾ ਦੁੱਧ ਵੀ ਵਿਕਦੀ ਤਾਂ ਕੋਈ ਮਾੜਾ ਨਹੀਂ ਹੈਗਾ। ਬੱਕਰੀ ਕੀ ਕੀ ਖਾ ਲੈਂਦੀ ਹੈ ਬਾਹਰ ਜਾ ਕੇ? ਇਹ ਤਾਂ ਜੀ ਜੋ ਮਰਜ਼ੀ ਪਾਈ ਜਾ, ਬਿਨਾਂ ਇਸ ਤੋਂ ਫਰਮਾ ਫਰਮੂ ਨੂੰ ਵੀ ਖਾ ਜਾਂਦੇ, ਬਿਨਾਂ ਟਾਲੀ ਤੋਂ ਕੋਈ ਜਲ ਖਾ ਜਾਂਦੀ ਹੈ। ਟਾਲੀ ਨਹੀਂ ਖਾਂਦੀ? ਟਾਲੀ ਨੂੰ ਖਾ, ਬਾਕੀ ਨਿੰਮ ਨੁੰਮ ਸਭ ਕੁਛ ਚੱਕ ਗਲੋ ਗਲੋ ਨੂੰ ਵੀ ਖਾ ਜਾਂਦੀਆਂ ਨੇ। ਅੱਛਾ, ਕੌੜ ਦੂਮੇ ਉਹ ਤਾਂ ਇਹਨਾਂ ਦਾ ਖਾਈਆ ਜੀ। ਜਦੋਂ ਵਿਆਹ ਕਰਿਆ ਤੁਹਾਡਾ ਫਿਰ ਉਦੋਂ ਕੀ ਕਹਿੰਦੇ ਸੀਗੇ? ਫਿਰ ਵਿਚੋਲਾ ਕੀ ਕਹਿ ਕਹਿਣਾ ਆ? ਉਦੋਂ ਕਹਿੰਦਾ ਸੀ ਵੀ ਭੇਡਾਂ ਵਾਲਾ ਹੁੰਦਾ। ਅੱਛਾ, 50 ਸਾਲ ਭੇਡਾਂ ਵੀ ਚਾਰੀਆਂ? ਭੇਡਾਂ ਵੀ ਚਾਰੀਆਂ ਨੇ? ਹਾਂਜੀ, ਪਹਿਲਾਂ ਸ਼ੁਰੂ ਤੋਂ ਭੇਡਾਂ ਚਾਰੀਆਂ। ਠੀਕ ਹੈ, ਉਦੋਂ ਤਾਂ ਨਹੀਂ ਕੋਈ ਤਰਾਏ ਕਰਦਾ ਸੀਗਾ ਵੀ ਭੇਡਾਂ ਵਾਲੇ? ਹੁਣ ਤਾਂ ਆਖਦੇ ਮਿੰਗਣਾ ਹੁੰਜਣੀਆਂ ਪੈਣੀਆਂ, ਉਦੋਂ ਭੇਡਾਂ ਵਾਲੇ ਨੂੰ ਭਾਲਦੇ ਸੀ। ਲੈ ਵੀ ਯਾਰਾਂ ਦੇ ਯਾਰ, ਸਾਡੇ ਦਿਲਦਾਰ, ਸਾਡੇ ਬਜ਼ੁਰਗ ਬਾਪੂ ਜੀ ਖੜੇ ਨੇਗੇ ਆਪਣੇ ਕੋਲ। ਇਹਨਾਂ ਦੀਆਂ ਗੱਲਾਂ ਬੜੀਆਂ ਕੀਮਤੀ ਹੁੰਦੀਆਂ ਨੇ, ਕਿਉਂਕਿ ਦਾੜੀਆਂ ਚਿੱਟੀਆਂ ਹੋ ਜਾਂਦੀਆਂ ਨੇਗੀਆਂ, ਹੱਡੀ ਹੰਢਾਈਆਂ ਗੱਲਾਂ ਨੇ, ਹੱਡੀ ਹੰਢਾਇਆ ਇਹ ਤਜਰਬੇ ਹੁੰਦੇ ਨੇ ਜਿਹੜੇ ਉਹ ਆਪਾਂ ਨੂੰ ਦੱਸਦੇ ਰਹਿੰਦੇ ਨੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਹਾਂਜੀ, ਉਹ ਠੀਕ ਠਾਕ ਹੋ? ਹਾਂਜੀ ਹਾਂ, ਬਿਲਕੁਲ ਠੀਕ ਹੈ। ਬੱਕਰੀਆਂ ਦਾ ਕਿੰਨਾ ਕੁ ਵਪਾਰ ਹੈਗਾ? ਵੀ ਬੱਕਰੀਆਂ ਦਾ ਆਪਾਂ ਲੈ ਲੈਂਦੇ, ਵੇਚ ਦਿੰਦੇ ਹਾਂ, ਚੱਲੀ ਜਾਂਦਾ। ਅੱਛਾ, ਘਰੇ ਰੱਖੀਆਂ 30-35 ਬੱਕਰੀ? 30-35 ਹੈਗੀਆਂ? ਹਾਂਜੀ। ਕਿਹੜਾ ਪਿੰਡ ਹੈ ਜੀ? ਪਿੰਡ ਲਹਿਰਾ ਮੁਹੱਬਤ ਜੀ। ਲਹਿਰਾ ਮੁਹੱਬਤ ਪਿੰਡ ਆ ਬਾਪੂ ਜੀ ਦਾ, 30-35 ਘਰੇ ਨੇ, ਬਾਕੀ ਲੈ ਲੈਂਦੀਆਂ ਨੇ ਵੇਚ ਕੇ, ਲੈਸ ਦੇਸ ਕਰੀ ਜਾਂਦੇ ਆ। ਠੀਕ ਹੈ, ਇਹ ਬੱਕਰੀਆਂ ਦਾ ਵਪਾਰ ਆ ਬਾਪੂ ਜੀ, ਕਦੋਂ ਕਦੋਂ ਕਰਦੇ ਹੋ? ਪਹਿਲਾਂ ਤੀ ਕਰਦੇ? ਇਹ ਤਾਂ ਜੀ ਮੈਂ ਦਾ 70 ਸਾਲ ਤੋਂ ਟੱਪ ਗਿਆ, 4 ਸਾਲ। 76 ਦੇ ਹੋ ਗਏ? ਹਾਂਜੀ, ਇਸੇ ਕੰਮ 'ਚ ਜੀ। ਇਸੇ ਕੰਮ 'ਚ ਨੇ ਬਾਪੂ ਜੀ, ਕਹਿੰਦੇ 76 ਸਾਲ ਹੋ ਗਏ। ਅਤੇ ਬੱਕਰੀਆਂ ਬਾਰੇ ਦੱਸੋਗੇ ਵੀ ਕੀ ਮੁੱਲ ਦੀਆਂ ਨੇ? ਹਾਂਜੀ ਹਾਂ, ਦੱਸਾਂਗੇ। ਦੱਸੀ ਚੱਲੋ, ਆ ਇਹਦਾ 30,000 ਰੁਪਏ ਦੀ ਬੱਕਰੀ ਹੈ। ਸੂਣਾ ਕਦੋਂ ਆਏ ਨੇ? ਇਹਨੇ ਸੂਣਾ ਚੇਤ 'ਚ, ਚੇਤ ਦੇ ਵਿੱਚ ਸੂ ਪੈਣਾ। 2 ਕੁ ਮਹੀਨੇ ਪਏ ਨੇ ਹਲੇ? ਦੋ ਢਾਈ ਮਹੀਨੇ, 2.5 ਮਹੀਨੇ ਲਾ ਲਓ ਬਾਈ। ਬੱਕਰੀ ਬੜੀ ਵਧੀਆ ਨਾ ਬਾਪੂ? ਬੱਕਰੀ ਬਹੁਤ ਦੁੱਧ ਦਿੰਦੀ ਆ ਹੁਣ? ਇਹ ਹੁਣ ਤਾਂ ਮੈਂ ਥੋੜ੍ਹਾ ਘਣਾ ਦਿੰਦੀ ਹੈ। ਠੀਕ ਹੈ, ਊਂ ਅੰਦਾਜ਼ਾ ਹੈਗਾ ਕਿਲੋ ਕਿਲੋ ਦੁੱਧ ਦੋਵਾਂ ਟਾਈਮਾਂ ਦਾ? ਦੋਵਾਂ ਦਾ ਵੱਧਦਾ ਹੈ, 5 ਕਿਲੋ ਦੀ ਮਾਲਕਣੀ ਹੈ ਇਹ। ਹਾਂਜੀ ਠੀਕ ਹੈ, ਵੀ ਜੇ ਚੰਗੀ ਖੁਰਾਕ ਪੱਠਾ ਦੇਵੇ। ਹਾਂਜੀ ਹਾਂ ਹਾਂ। ਇਹਨੂੰ ਰੰਗ ਕਿਹੜਾ ਬੋਲਦੇ ਹੋ ਤੁਸੀਂ? ਇਹਨੂੰ ਨਾਗਰੀ ਬੋਲਦੇ? ਨਾਗਰੀ ਲੈ, ਪੂਰੀ ਗੱਲਬਾਤ ਆ ਬਾਪੂ, ਕੋਈ ਐਂ ਨਹੀਂ ਹੈਗਾ ਵੀ ਇਹਨਾਂ ਨੂੰ ਪਤਾ ਨਹੀਂ ਹੈਗਾ, ਸਾਰੀ ਗੱਲ ਦੱਸਣਗੇ ਵੀ ਨਾਗਰੀ ਬੋਲਦੇ ਆ, ਨਾਗਰੀ ਆ। ਅਤੇ ਉਹ ਲਾਲ ਨੂੰ ਕੀ ਬੋਲਦੇ ਹੈਗੇ? ਉਹ ਤੇਲੀ ਲਾਲ ਹੈ। ਤੇਲੀ ਲਾਲ? ਹਾਂਜੀ। ਇਹਦਾ ਕੀ ਮੁੱਲ ਹੈਗਾ? ਇਹਦਾ 26,000। ਇਹਦੇ ਨਾਲ ਹੈਗਾ ਕੁਛ? ਇਹਦੇ ਮਗਰ ਬੱਚਾ ਹੈ ਨਹੀਂ, ਫਿਰ ਤਾਂ 30,000 ਰੁਪਏ ਦੀ ਬੱਕਰੀ ਦੀ। ਫਿਰ 30,000 ਦੀ ਸੀ? ਹਾਂ। ਠੀਕ ਹੈ, ਇਹਨਾਂ ਦੋਹਾਂ 'ਚੋਂ ਚੰਗੀ ਕਿਹੜੀ ਹੈਗੀ? ਨਾਗਰੀ? ਇਹ ਦੋਹੇ ਇੱਕੇ ਮੁਕਾਬਲੇ ਦੀਆਂ ਨੇ ਇਹ। ਠੀਕ ਹੈ, ਦੁੱਧ ਨੂੰ ਵੀ ਊਂ ਵੀ ਹੈ? ਦੁੱਧ ਨੂੰ ਵੀ ਇੱਕੇ ਝੋਲੀ ਦੀਆਂ ਬੱਕਰੀਆਂ ਨੇ ਇਹ, ਹਾਏ ਡੋਡੀ ਦੀਆਂ ਬੱਕਰੀਆਂ ਦੀਆਂ। ਹਾਂ, ਵੀ ਇੱਕ ਜਗ੍ਹਾ ਤੋਂ ਆਈਆਂ ਨੇ? ਹਾਂ, ਘਰ ਦੀਆਂ ਬੱਕਰੀਆਂ ਦੀਆਂ, ਘਰ ਦੀਆਂ ਬੱਕਰੀਆਂ 'ਚ ਆ ਦੋਹੇ ਖਰੀਦੀਆਂ ਨੇ ਇਹ। ਠੀਕ ਹੈ, ਦੁੱਧ ਹੁਣ ਉਹ ਦਿੰਦੀ ਹੈ ਲਾਲ ਜੀ? ਹਾਂ, ਉਹ ਪੂਰਾ ਦਿੰਦੀ ਹੈ ਦੁੱਧ ਸਜਰਾਂ ਨੂੰ। ਠੀਕ ਹੈ ਬਾਪੂ ਜੀ, ਅਤੇ ਆਹ ਘੱਟ ਕੀਮਤ ਵਾਲੀਆਂ ਲੱਗਦੀਆਂ ਨੇ, ਕਿਉਂ ਹੀ ਲੱਗਦਾ ਮੇਰਾ ਵਹਿਮ? ਇਹ 24 ਦੀ ਆਈ ਹੈ। ਹਾਂ, 20 ਦੀ ਆਈ ਹੈ, ਗੱਪਮਾਰੀ 'ਚ ਕੀ? 24 ਦੀ ਉਹ ਆਈ ਹੈ, 20 ਦੀ ਆਈ ਹੈ। ਦੋ ਬੱਚੇ ਆ ਬੈਠੇ? ਦੋ ਬੱਚੇ ਵੀ ਨੇ। ਲੈ ਬਈ, ਉਹ ਦੁੱਧ ਵੱਧ ਲੱਗਦਾ ਨਾ ਬਾਪੂ ਜੀ? ਨਹੀਂ, ਹਾਂ ਉਹਦੇ ਥੱਲੇ ਵੱਧ ਹੈ ਨਾ, ਖੋਲੀ ਝੋਲਾ ਜਾਂ ਮੜਾ ਦਿਖਾ ਦੋਗੇ? ਲੈ, ਤੰਗ ਕਰ ਰਿਹਾ ਮੈਂ ਬਾਪੂਰਾਂ ਨੂੰ। ਜਿਹੜੇ ਸੈੱਲ ਘੱਟ ਜਾਂਦੇ ਨੇ ਉਦੋਂ ਕਿੰਨੇ ਕੁ ਲੋਕ ਆਉਂਦੇ ਨੇ ਫਿਰ ਤੁਹਾਡੇ ਕੋਲੇ? ਬਥੇਰੇ, ਉਹ ਤਾਂ ਵਾਰੀ ਨਹੀਂ ਆਉਂਦੀ। ਅੱਛਾ, ਕਿਹੜੇ ਮਹੀਨੇ 'ਚ ਘੱਟਦੇ ਨੇ ਸੈੱਲ ਜ਼ਿਆਦਾ? ਇਹ ਤਾਂ ਕੋਈ ਪਤਾ ਨਹੀਂ ਲੱਗਦਾ। ਅੱਛਾ, ਹੁਣ ਵੀ ਘੱਟ ਜਾਂਦੇ ਸ਼ਹਿਰ 'ਚ ਵੀ? ਫਿਰ ਕਿੰਨੇ ਰੁਪਏ ਲੀਟਰ ਵੇਚਦਾ? ਉਹ ਤਾਂ ਜੀ ਜੇ ਤਾਂ ਪਿੰਡ ਦਾ ਬੰਦਾ ਹੋਇਆ ਹਾਂ, ਉਹਨੂੰ ਤਾਂ ਮੁਫ਼ਤ ਵੀ ਦੇਣਾ ਪੈ ਜਾਂਦਾ ਲਿਆ ਜਾਣੇ ਨੂੰ। ਠੀਕ ਹੈ, ਨਹੀਂ ਨਹੀਂ 100 ਰੁਪਏ ਲੀਟਰ ਤਾਂ ਦੇ ਹੀ ਦਿੰਦੇ ਆ ਆਰਾਮ। ਚਲੋ ਭਾਈ, ਬੜਾ ਧੱਕਾ ਕਮਾਉਣਾ ਵੀ ਹੈਗਾ, ਧੱਕਾ ਡਾਕਟਰ ਵੀ ਲੈ ਲੈਂਦੇ ਨੇ ਬਾਪੂ, 100 ਰੁਪਇਆ ਇਹਦਾ ਦੇ ਦੇਣਗੇ ਤਾਂ ਬੜਾ ਆਪਾਂ ਧੱਕਾ ਕਰ। ਹਾਂ, ਇਹ ਵੀ ਗੱਲ ਹੈਗੀ ਆ, ਲੈ 100 ਰੁਪਏ ਲੀਟਰ ਇਹਦਾ ਦੁੱਧ ਵੀ ਵਿਕਦੀ ਤਾਂ ਕੋਈ ਮਾੜਾ ਨਹੀਂ ਹੈਗਾ। ਬੱਕਰੀ ਕੀ ਖਾ ਲੈਂਦੀ ਹੈ ਬਾਹਰ ਜਾ ਕੇ? ਇਹਦਾ ਜੀ ਜੋ ਮਰਜ਼ੀ ਪਾਈ ਜਾ, ਬਿਨਾਂ ਇਸ ਤੋਂ ਫਰਮਾ ਫਰਮੂ ਨੂੰ ਵੀ ਖਾ ਜਾਂਦੇ, ਬਿਨਾਂ ਟਾਲੀ ਤੋਂ ਕੋਲ ਜਲ ਖਾ ਜਾਂਦੀ ਹੈ। ਟਾਲੀ ਨਹੀਂ ਖਾਂਦੀ? ਟਾਲੀ ਨੂੰ, ਬਾਕੀ ਨਿੰਮ ਨੁੰਮ ਸਭ ਕੁਛ ਚੱਕ ਗਲੋ ਗਲੋ ਨੂੰ ਵੀ ਖਾ ਜਾਂਦੀਆਂ ਨੇ। ਅੱਛਾ, ਕੌੜ
ਤਤੂਰਾ ਕੇ ਖਾਂਦੀਆਂ ਇਹ ਤਤੂਰਾ ਵੇਲ ਹੁੰਦੀ ਹੈ ਤਤੂਰਾ ਤਤੂਰਾ ਸਭ ਤੋਂ ਮਾੜਾ ਤਤੂਰਾ ਮਾੜਾ ਹੁੰਦਾ ਸਭ ਅੱਛਾ ਹਾਂ ਤਤੂਰਾ ਬੰਦੇ ਨੂੰ ਟੱਟੀਆਂ ਲਾ ਦਿੰਦਾ ਹੈ ਲਾ ਉਹ ਤਾਂ ਦੇਖ ਵੀ ਦਿੰਦਾ ਮਾਰ ਵੀ ਦਿੰਦਾ ਮਾਰ ਵੀ ਦਿੰਦਾ ਠੀਕ ਹੈ ਇਹ ਪਛਾ ਜਾਂਦੀ ਹੈ ਇਹ ਖਾ ਜਾਂਦੀ ਹੈ ਇਹ ਖਾ ਜਾਂਦੀ ਹੈ ਫਿਰ ਤਾਂ ਇਹ ਬੜੀ ਕੱਬੀ ਸ਼ੈ ਹੈ ਨਾ ਹਾਂਜੀ ਚਾਹੀਓ ਤਾਂ ਫਿਰ ਸੈੱਲ ਵਧਾਉਂ ਘਟਾਉਂਦੀ ਹੈ ਨਾ ਵਧਾਉਂਦੀ ਹੈ ਵਧਾਉਂਦੀ ਹੈ ਹਾਂ ਤਾਂ ਹੀ ਉਹ ਸੈੱਲ ਵਧਾਉਂਦੀ ਹੈ ਇਹ ਹਾਂ ਫੇਰ ਹੀ ਬੱਤ ਕਰਦੀ ਹੈ ਸਹੀ ਗੱਲ ਹੈ ਬਈ ਹਾਂ ਬੰਨ ਦੋ ਬਾਪੂ ਜੀ ਲੈ ਥਾਣਾ ਦੀ ਸਾਫ ਆ ਯਾਰ ਹਾਂ ਦੋ ਬੱਚੇ ਦੇਵਾਂਗੇ ਬਾਪੂ ਦੇ ਨਾਲ ਹਾਂ ਜੀ ਦੋ 24 ਦੀ ਆਈ ਹੈ ਕਿ ਨਫੇ ਨਾਲ ਦੇਵਾਂਗੇ ਹਾਂ ਜੀ ਨਫੇ ਆਜੋ ਗੱਲ ਸਿੱਧੀ ਹੈਗੀ ਆਪਣੇ ਕੋਲੇ ਬਾਪੂ ਕਹਿੰਦੇ ਵੀ ਆਹ 24 ਦੇ ਲਈ ਆ ਉਹ 20 ਦੀ ਲਈ ਆ ਨਾ ਜੀ ਹਾਂ ਆਜੋ ਬਈ 1000 ਖੰਡ 2000 ਨਫੇ ਨਾਲ ਦੇਵਾਂਗੇ ਨਾਲ ਦੇਵਾਂਗੇ ਦੋ ਬੱਚੇ ਆਹ ਬੈਠੇ ਨੇ ਦੋ ਬੱਚੇ ਇੱਧਰ ਬੈਠੇ ਨੇ ਦੋ ਬੈਠੇ ਨੇ ਉਹ ਆਹ ਦੇਖੋ ਤੁਹਾਡੇ ਸਾਹਮਣੇ ਗੱਡੀ 'ਚ ਨੇਗੇ ਅਤੇ ਆਹ ਬੱਕਰੀ ਵੀ ਸੂਈ ਹੋਈ ਹੈ ਨਾ ਜੀ ਬਾਪੂ ਜੀ ਆਹ ਵੀ ਸੂਈ ਹੈ ਆਹ ਦੋ ਮਹੀਨੇ ਕਿਹੜੇ ਬੱਕਰੀ ਲੈ ਵੀ ਲੈਂਦੇ ਨੇ ਬੱਕਰੀ ਵੇਚਦੇ ਨੀ ਵੇਚਦੇ ਨੀ ਵੇਚਦੇ ਤਾਂ ਨਹੀਂ ਬਾਪੂ ਨਹੀਂ ਤਾਂ ਦੁੱਧ ਪੀਣ ਛੱਡਤੀਆਂ ਬਹੁਤ ਇਕੱਠਿਆਂ ਨੇ ਚਾਰੀਆਂ ਫਿਰ ਤੈਨੂੰ ਪਤਾ ਵਾਹੀ ਬੂਹੀ ਤੇ ਲੱਗ ਗਏ ਠੀਕ ਹੈ ਹਾਂ ਚਲੋ ਲਿਹਾਜ਼ ਫਿਰ ਸਾਰਿਆਂ ਨਾਲ ਹੀ ਰੱਖੀ ਦੀ ਹੈ ਨਾ ਸਾਰਿਆਂ ਨੇ ਜਿੰਨੀ ਮੰਡੀ ਆ ਸਾਰਿਆਂ ਨੇ ਸਾਡਾ ਚੇਲਾ ਹੈ ਇਹ ਹਾਂ ਮੁੰਡਾ ਬਹਿਣਾ ਦਾ ਅੱਛਾ ਠੀਕ ਹੈ ਇਹ ਆਪਣੇ ਪੱਲੇਦਾਰੀ ਚ ਹਾਂਜੀ ਅੱਡ ਹੋ ਗਏ ਫਿਰ ਇਹ ਹਾਂ ਜੋੜੀ ਨਿਖੜ ਗਈ ਹਾਂ ਸਹੀ ਗੱਲ ਆ ਉਹ ਵੀ ਸਾਡਾ ਹੁੰਦਾ ਚੇਲਾ ਸੀ ਉਹ ਵੀ ਪੱਲੇਦਾਰੀ ਚ ਲਾ ਗਿਆ ਅਸੀਂ ਰਹਿ ਗਏ ਅੱਛਾ ਫਿਰ ਹੁਣ ਤਾਂ ਇਕੱਲੇ ਬਜ਼ੁਰਗ ਬਜ਼ੁਰਗ ਰਹਿ ਗਏ ਬੱਕਰੀਆਂ 'ਚ ਮੇਰਾ ਮੁੰਡਾ ਇਹ ਮੁੰਡਾ ਤੁਹਾਡਾ ਇਹ ਬੱਕਰੀਆਂ ਸਾਂਭਦੇ ਨੇਗੇ ਇਹ ਕਿੰਨੀਆਂ ਕੁ ਬੱਕਰੀਆਂ ਨੇ ਇਹਨਾਂ ਦੇ ਸਿਰ ਬੱਕਰੀਆਂ 20-25 ਇਹਨੇ ਸਿਰਤੀ ਨੇ ਸਾਰੀਆਂ ਹਾਂ ਇਹੀ ਚਾਰ ਦੇ ਇਹੀ ਚਾਰ ਦੇ ਹੈਗੇ ਕਿੰਨੇ ਸੂਏ ਲੈ ਲੈਣੇ ਫਿਰ ਸਾਲ ਦੇ ਵਿੱਚ ਸਾਲ ਦੇ ਜੀ ਤਾਂ ਸੂਤ ਆਈ ਦੀ ਵਿੱਚੇ ਬੱਚੇ ਵੀ ਸਿੱਟੇ ਨੇ ਵਿੱਚੇ ਸੂਈ ਵੀ ਜਾਂਦੇ ਆ ਉਹ ਤਾਂ ਵੇਚਦਾ ਨਾ ਦੁੱਧ ਵੇਚਦੇ ਆ ਵਿਕ ਜਾਂਦਾ 35-40 ਰੁਪਏ ਦੁੱਧ ਹਾਂ ਵਿਕ ਜਾਂਦਾ ਇਹਨਾਂ ਠੀਕ ਹੈ ਇਹਨਾਂ ਤਾਂ ਵਿਕ ਵਾਧਾ ਘੱਟਦਾ ਰਹਿੰਦਾ ਹੋਊਗਾ ਦੁੱਧ ਤਾਂ ਆਹ ਤਾਂ ਕਿਤੇ ਕਿਲੋ ਵੱਧ ਵੀ ਗਿਆ ਕਿਤੇ ਘੱਟ ਵੀ ਗਿਆ ਜੇ ਦੋ ਦਿਨ ਚੰਗੀ ਚਰਾਈ ਹੋ ਗਈ ਉਹਦੇ ਵੱਧ ਵੀ ਜਾਂਦੀਆਂ ਨੇ ਦੋ ਦਿਨ ਮੰਦਾ ਪੈ ਜਾ ਤਾਂ ਦੋ ਦਿਨ ਘੱਟ ਵੀ ਜਾਂਦੀਆਂ ਨੇ ਠੀਕ ਹੈ ਰੱਖਦੇ ਸਿਰ ਸ਼ੁਰੂ ਤੋਂ ਬੱਕਰੀਆਂ 'ਚੋਂ ਹਾਂ ਸ਼ੁਰੂ ਜਦੋਂ ਵਿਆਹ ਕਰਿਆ ਤੁਹਾਡਾ ਫਿਰ ਉਦੋਂ ਕੀ ਕਹਿੰਦੇ ਸੀਗੇ ਫਿਰ ਵਿਚੋਲਾ ਕੀ ਕਹਿ ਕਹਿਣਾ ਆ ਉਦੋਂ ਕਹਿੰਦਾ ਸੀ ਵੀ ਭੇਡਾਂ ਵਾਲਾ ਮੁੰਡਾ ਅੱਛਾ ਉਦੋਂ 50 ਸਾਲ ਭੇਡਾਂ ਵੀ ਚਾਰੀਆਂ ਨੇ ਹਾਂਜੀ ਪਹਿਲਾਂ ਸ਼ੁਰੂ ਤੋਂ ਭੇਡਾਂ ਚਾਰੀਆਂ ਠੀਕ ਹੈ ਉਦੋਂ ਤਾਂ ਨਹੀਂ ਕੋਈ ਤਰਾਏ ਕਰਦਾ ਸੀਗਾ ਵੀ ਭੇਡਾਂ ਵਾਲੇ ਹੁਣ ਤਾਂ ਆਖਦੇ ਮਿੰਗਣਾ ਹੁੰਜਣੀਆਂ ਪੈਣੀਆਂ ਉਦੋਂ ਭੇਡਾਂ ਵਾਲੇ ਨੂੰ ਭਾਲਦੇ ਸੀ ਅੱਛਾ ਹਾਂ ਵੀ ਉਦੋਂ ਤਾਂ ਲੱਭਿਆ ਸੀ ਤੁਹਾਨੂੰ ਹਾਂਜੀ ਬੈਂਡਰੀਆਂ ਮਾਰ ਮਾਰ ਕੇ ਮਾਰ ਮਾਰ ਕੇ ਸਹੀ ਗੱਲ ਆ ਬਾਈ ਸਮੇਂ ਦੇ ਸਾਹਮਣੇ ਪੱਕੀ ਗੱਲ ਹੈ ਹੁਣ ਆਖਣਗੇ ਤਾਂ ਮਿੰਗਣਾ ਹੁੰਜਣੀਆਂ ਮਿੰਗਣਾ ਹੁੰਜਣੀਆਂ ਪੈਣਗੀਆਂ ਫਿਰ ਬੇਬੇ ਤਾਂ ਆਉਂਦੀ ਲੱਗ ਗਿਆ ਮਿੰਗਣਾ ਉਹ ਤਾਂ ਹੁਣ ਵੀ ਬੱਚਿਆਂ ਨੂੰ ਪਾਲਦੀ ਹੈ ਇਹਨਾਂ ਨੇ ਅੱਛਾ ਬੇਬੇ ਦੀ ਉਮਰ ਕਿੰਨੀ ਹੈ ਫਿਰ ਉਹ ਹੋਊਗੀ 65-60 ਪੈਂਹਠ ਤੋਂ ਉੱਤੇ ਪੈਂਹਠ ਤੋਂ ਉੱਤੇ ਹਾਂ ਮੈਂ ਛੋ ਘੱਟ ਠੀਕ ਹੈ 65 ਕਦੀ ਹੋ ਗਈ 76 ਕਦੇ ਬਾਪੂ ਨੇ ਤੁਰਦੇ ਤੁਰੇ ਫਿਰਦੇ ਹੋ ਪੂਰੇ ਅਜੇ ਤੱਕ ਤਾਂ ਤੁਰੇ ਫਿਰਦੇ ਹਾਂ ਗੋਡਿਆਂ 'ਚ ਤਾਂ ਨਹੀਂ ਦਰਦ ਹੁੰਦਾ ਨਾ ਬੱਕਰੀ ਦਾ ਦੁੱਧ ਪੀਨੇ ਕਿ ਮੱਝ ਦਾ ਦੁੱਧ ਤਾਂ ਬੱਕਰੀ ਦਾ ਹੀ ਪੀਨੇ ਮੱਝ ਵੀ ਰੱਖੀਆਂ ਨੇ ਘਰੇ ਦੋ ਦੋ ਤਿੰਨ ਤਿੰਨ ਪਹਿਲਾਂ ਹਾਂ ਹੁਣ ਇੱਕ ਮੇਰੇ ਵਿਚਾਲੇ ਮੁੰਡੇ ਕੋਲੇ ਆ ਮੱਝਾਂ ਠੀਕ ਹੈ ਸਾਡੇ ਕੋਲੇ ਬੱਕਰੀਆਂ ਦੋਹਾਂ ਕੋਲੇ ਠੀਕ ਹੈ ਪਰ ਦੁੱਧ ਬੱਕਰੀ ਦਾ ਪੀਨੇ ਹਾਂਜੀ ਕਿੰਨਾ ਕੁ ਲੀਟਰ ਪੀ ਲਈਦਾ ਗਾ ਅਸੀਂ ਚਾਹ ਵੀ ਨਹੀਂ ਪੀਂਦੇ ਅਸੀਂ ਤਾਂ ਚਾਹ ਤਾਂ ਪੀ ਲਈਏ ਦੋ ਵਾਰ ਪੀ ਲਈਏ ਤਿੰਨ ਵਾਰ ਹਾਂ ਜਦੋਂ ਆਪਣਾ ਗਰਮੀਆਂ ਦਾ ਮਹੀਨਾ ਹੋਇਆ ਉਦੋਂ ਪੀ ਪੂ ਲੈਂਦੇ ਹਾਂ ਉਦੋਂ ਪੀ ਲਈਦਾ ਨਹੀਂ ਚਾਹ ਤਾਂ ਫਿਰ ਇਹਦੇ ਦੁੱਧ ਦੀ ਬਣਾਉਂਦੇ ਹਾਂ ਹਾਂ ਇਹਦੇ ਦੁੱਧ ਦੀ ਠੀਕ ਹੈ ਮੱਝ ਫਿਰ ਹੈਗੀ ਹੁਣ ਨਹੀਂ ਮੱਝ ਮੁੰਡੇ ਕੋਲੇ ਵਿਚਾਰ ਲਈ ਮੁੰਡੇ ਕੋਲੇ ਹੈ ਵੀ ਤੁਸੀਂ ਦੁੱਧ ਇਹਦੇ ਹੀ ਵਰਤਦੇ ਹਾਂ ਅਸੀਂ ਤਾਂ ਨਾਲੇ ਦੁੱਧ ਪਾਉਂਦੇ ਹੋ ਨਾਲੇ ਵਰਤਦੇ ਹਾਂ ਜੀ ਲਓ ਜੀ ਧੰਨਵਾਦ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਲੱਗ ਗਿਆ ਬਾਪੂਰਾਂ ਕੋਲੇ ਖੜ ਕੇ ਆਹ ਦੇਖੋ ਇੱਕੋ ਪਿੰਡ ਤੋਂ ਆਏ ਨੇ ਉਹਨਾਂ ਦੇ ਮੁੰਡੇ ਨੇ ਆਇਓ ਤੁਸੀਂ ਵੀ ਆਇਓ ਬਾਈ ਜੀ ਆਇਓ ਤੁਹਾਡਾ ਕੀ ਨਾਮ ਹੈਗਾ ਰੇਸ਼ਮ ਜੀ ਰੇਸ਼ਮ ਫਿਰ ਤੁਸੀਂ ਅੱਜ ਕਿਵੇਂ ਆ ਗਏ ਤੁਸੀਂ ਬੱਕਰੀਆਂ ਫਿਰ ਤੁਹਾਡੀਆਂ ਕੌਣ ਸਾਂਭ ਰਿਹਾ ਬੱਕਰਾਂ ਬੱਚੇ ਆ ਗਏ ਨਾਲ ਅੱਛਾ ਉਹ ਸਾਡੇ ਨੇ ਬੱਚੇ ਕਿੱਡੇ ਕਿੱਡੇ ਕਹਿੰਦੇ ਫਿਰ ਪੜ੍ਹਦੇ ਹੋਣੇ ਤਾਂ ਪੜ੍ਹਦੇ ਵੀ ਹੈ ਕਿਉਂ ਬੱਕਰੀਆਂ 'ਚ ਹੀ ਲਾ ਲਿਓ ਵੀ ਨਾ ਨਾ ਬੱਕਰਾਂ 'ਚ ਲੱਗ ਕੇ ਪੜ੍ਹਦੇ ਹੈਗੇ ਅੱਛਾ ਕੀ ਕਹਿੰਦੇ ਉਹ ਬੱਕਰੀਆਂ ਰੱਖਣੀਆਂ ਨੇ ਗਾਹਾਂ ਬਸ ਅੱਜ ਭੇਜਤਾ ਗਾ ਕੰਮ ਕਿਤੇ ਕੰਮ ਛੋਦੀ ਭੇਜਤਾ ਠੀਕ ਹੈ ਕਿਵੇਂ ਕਿੱਤਾ ਚੱਲ ਰਿਹਾ ਵਧੀਆ ਚੱਲ ਰਿਹਾ ਵਧੀਆ ਵਧੀਆ ਜੀ ਠੀਕ ਹੈ ਚੰਗਾ ਧੰਨਵਾਦ ਜੀ ਹੈ ਚੰਗਾ ਜੀ ਧੰਨਵਾਦ ਲੈ ਬਾਈ ਨਜ਼ਾਰਾ ਆ ਗਿਆ ਬਾਪੂਰਾਂ ਨੇ ਲਹਿਰ ਲਾਤੀ ਚੰਗੀਆਂ ਕੰਮ ਦੀਆਂ ਗੱਲਾਂ ਆਪਾਂ ਨੂੰ ਦੱਸੀਆਂ ਬੱਕਰੀ ਦੇ ਦੁੱਧ ਬਾਰੇ ਵੀ ਦੱਸਿਆ ਇਹਦੇ ਬਾਰੇ ਵੀ ਦੱਸਿਆ ਵੀ ਹੈ ਨਾ ਕੀ ਆ ਕੋਈ ਗੋਡੇ ਵੀ ਨਹੀਂ ਦੁੱਖਦੇ ਹੈਗੇ ਸੋ ਤੁਹਾਨੂੰ ਕਿਵੇਂ ਲੱਗੀ ਵੀਡੀਓ ਦੱਸਿਓ ਫਿਰ ਕਮੈਂਟ ਕਰਕੇ